ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰੇ ਵੀਰਾਂ ਭਰਾਵਾਂ ਦਾ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਆਪਾਂ ਪਹਿਲੇ ਦਿਨ ਫਸਟ ਵਲੌਗ ਸਟਾਰਟ ਕਰ ਲੈਂਦੇ ਹਾਂ। ਵਾਹਿਗੁਰੂ ਦੀ ਮਿਹਰ ਅਤੇ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੀ ਸਪੋਰਟ ਨਾਲ ਅੱਜ ਆਪਾਂ ਨਾ ਆਪਣੇ ਫਸਟ ਵਲੌਗ ਦੀ ਸਟਾਰਟਿੰਗ ਹੋ ਗਈ ਲੱਗੀ ਆ। ਅਤੇ ਚਲੋ ਅੱਜ ਆਪਾਂ ਨਾ लो मेरे वीर आप पुजे सराय मानत खां। लो जी आप सराय मानत खां पुज चुके हैं। हम तुम इतों की सारी गलबात दसदे भी की चीज है की आ। ਕਰੀ ਘੁੰਮ ਲਈਏ ਘੇਰੇ ਘੇਰੇ ਅਤੇ ਫਿਰ ਆਪਾਂ ਲਾਉਂਦੇ ਹਿਸਾਬ ਕਿਤਾਬ ਕੀ ਚੱਕਰ ਕੀ ਹੈ। ਇਹ ਆਪਣਾ ਕਹਿੰਦੇ ਬੂਟਾ ਲੱਗਾ ਹੋਇਆ ਆਪਣੇ ਬੰਦੇ ਕਿੱਧਰ ਗਏ ਆ, ਬੰਦੇ ਲੱਭ ਲਈਏ ਪਹਿਲਾਂ ਆਪਣੇ, ਫਿਰ ਕਰਦੇ ਆਪਾਂ ਗੱਲਬਾਤ। ਉਹ ਵੇਖੋ ਲਫੰਡਰ ਕਿੱਧਰ ਤੁਰੇ ਫਿਰਦੇ ਆ ਆਪਣੇ ਬੰਦੇ। ਉਹ ਤੁਸੀਂ ਕਿੱਧਰ ਤੁਰੇ ਫਿਰਦੇ ਜੀ, ਚੱਕ ਗਵਾਏ ਨਾ ਜਾਇਓ। ਉਹ ਗੜੀ ਵੇਖੀ ਕੀ ਚੱਕਰ ਹੈ, ਚੱਲ ਹੰਡ ਗਾਏ। ਬਾਹਰ ਗਰਮੀ ਬੜੀ ਪਰ ਵੇਖ ਲਓ ਆ ਇੱਥੋਂ ਵਧੀਆ ਵਾ, ਅਤੇ ਕਿੱਡੀ ਇੱਥੇ ਠੰਡਕ ਮਹਿਸੂਸ ਹੁੰਦੀ ਆ, ਇਹ ਤੁਹਾਨੂੰ ਮਹਿਸੂਸ ਕਰ ਸਕਦੇ ਤੁਸੀਂ। ਵੈਸੇ ਆਹ ਦੇਖੋ ਕਿੱਡਾ ਵਧੀਆ ਵਾ, ਅਤੇ ਕਿੱਡੇ ਇਫੈਕਟ ਦੀ ਗੱਲ ਆ ਵੀ ਜਿੱਦਾਂ ਤਾਜ ਮਹਿਲ ਬਣਾਉਣ ਵਾਲੇ ਦੇ ਹੱਥ ਕੱਟੇ ਗਏ ਸੀ, ਅਤੇ ਉੱਦਾਂ ਹੀ ਇਹ ਕਲਾਕ੍ਰਿਤੀ ਬਣਾਉਣ ਵਾਲੇ ਇਹਨੂੰ ਵਿਚਵਾਰੇ ਦੇ ਹੱਥ ਕੱਟੇ ਗਏ ਸੀ। ਅਤੇ ਆਪਣੇ ਵੀਰ ਭਰਾ ਤੁਰੇ ਫਿਰਦੇ ਤਾਂ, ਅਤੇ ਦੇਖੋ ਕਿੱਡਾ ਵਧੀਆ ਮਾਹੌਲ ਹੈ ਇੱਥੇ ਦੇਖੋ। ਉਹ ਕਾਸ਼ ਵੇਖੋ ਕਿੱਧਰ ਚੱਲ ਚੱਲਿਆ, ਤਾਂ ਦੀ ਤਾਂ ਹੀ ਕਹਿੰਦੇ ਟੁੰਬੇ ਦੇ। ਉਹ ਇਹਦੇ ਨਾਲ ਤਾਂ ਇੱਕ ਉਹ ਗੇਟ ਉੱਧਰਲੀ ਸਾਈਡ ਵੀ ਹੈਗਾ ਦੇਖ ਲਓ। ਆਹ ਲੋਕੇਸ਼ਨ ਵੇਖੋ, ਕਹਿੰਦੇ ਕਾਸ਼ ਕਹਿੰਦਾ ਮੇਰੀ ਲੋਕੇਸ਼ਨ ਵਿਖਾਓ ਇੱਕ ਨਹੀਂ। ਹਿਸਟਰੀ ਬੜੀ ਵਧੀਆ ਵੈਸੇ ਇਹ ਥਾਂ ਦੀ, ਇਸ ਜਗ੍ਹਾ ਦੀ। ਇਸ ਜਗ੍ਹਾ ਨੂੰ ਕਹਿੰਦੇ ਵੈਸੇ ਅਕਬਰ ਨੇ ਆਪਣੇ ਖਾਸ ਬੰਦ ਨੂੰ ਇੱਕ ਤੋਹਫੇ ਦੇ ਤੌਰ 'ਤੇ। ਮੁੰਡਾ ਦਾ ਹੋਣਾ ਖਿੱਚ ਕੇ ਫੋਟੋ ਇਸੇ ਕਰਕੇ ਕਈ ਕੀ ਕਰ ਦੋਸਤੋ, ਮਿਲਦੇ ਇੱਕ ਨਵਾਂ ਵਲੌਗ ਲੈ ਕੇ, ਅਤੇ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਇੱਥੇ ਖਤਮ।